ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਟੀਮ ਨੇ 6 ਨਾਕਾਬੰਦੀ ਦੌਰਾਨ 3 ਸਮਗਰਾਂ ਨੂੰ 6 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ SSP ਮਨਦੀਪ ਸਿੰਘ ਸਿੱਧੂ ਨੇ ਆਖਿਆ ਕਿ ਇਹ ਨਸ਼ਾ ਸਮਗਲਰ ਵਰਨਾ ਗੱਡੀ ਵਿੱਚ ਅਫੀਮ ਲੈ ਕੇ ਜਾ ਰਹੇ ਸਨ। ਉਨ੍ਹਾਂ ਆਖਿਆ ਕਿ ਤਿੰਨਾਂ ਨੂੰ CIS ਸਟਾਫ ਸਮਾਣ ਦੀ ਪੁਲਿਸ ਪਾਰਟੀ ਨੇ ਅਫਸਰ ਕਲੋਨੀ ਪਟਿਆਲਾ ਤੋਂ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਕਿ ਇਹ ਅਫੀਮ ਪੰਚਾਇਤੀ ਚੋਣਾਂ ਦੌਰਾਨ ਵੇਚੀ ਜਾਣੀ ਸੀ। 6 ਕਿਲੋ ਅਸੀਂ ਓਪੀਐਮ ਪਕੜਨ 'ਚ ਕਾਮਯਾਬ ਹੋਏ ਹਾਂ। ਉਹ ਇਹਨਾਂ ਨੇ ਕਰੀਬ 7,20,000 ਰੁਪਏ ਦੀ ਜਿਹੜੀ ਓਪੀਐਮ ਇਹ ਲੈ ਕੇ ਆਉਂਦੀ ਸੀ ਅਤੇ ਉਹਦੇ ਵਿੱਚੋਂ ਅਸੀਂ ਉਹਨੂੰ ਭਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਅਤੇ ਇਹ ਉਹਨੂੰ ਉਹਦੀ ਅਰੈਸਟ ਪਾ ਕੇ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ ਅਤੇ ਉਹਦੇ ਤੋਂ ਉਸ ਤੋਂ ਪਤਾ ਲੱਗ ਸਕੇ ਵੀ ਅੱਗੇ ਕਿਹਨਾਂ ਨੂੰ ਦੇਣੀ ਸੀ, ਉਹਦੇ ਗਾਹਕ ਕੀ ਸੀ। ਇਹਦੇ 'ਤੇ ਪੁੱਛਗਿੱਛ ਤੋਂ ਆਇਆ ਪਿਛਲੇ 8-10 ਸਾਲ ਤੋਂ ਇਹ ਰੈਗੂਲਰ ਥੋੜ੍ਹੀ ਥੋੜ੍ਹੀ ਕੁਆਂਟਿਟੀ ਦੇ ਵਿੱਚ ਲੈ ਕੇ ਆਉਂਦਾ ਸੀ ਪਰ ਹੁਣ ਇੱਕ ਵਾਰੀ ਵੱਡੀ ਕੁਆਂਟਿਟੀ ਦੇ ਵਿੱਚ ਲੈ ਕੇ ਆਇਆ ਸੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਵੱਧ ਜਾਂਦੀ ਹੈ ਇਸ ਕਰਕੇ ਮੈਂ ਜ਼ਿਆਦਾ ਇਕੱਠੀ ਲਿਆਇਆ ਸੀ ਵੀ ਅਤੇ ਸੋ ਦੈਟ ਕਿ ਮੈਂ ਅੱਗੇ ਵੀ ਸੀ।